ਤੇ ਮਿੱਟੀ ਪੈਣੀ ਹੈ। ਮੋਮਨ ਮੁਸਲਮਾਨ ਦਾ ਹੱਥ ਕਿਹੜਾ ਖਰਾ ਹੈ ਤਾਲਾ ਪੁੱਤਰ? ਚਾਹ ਕੇ ਦੱਸ ਆਏ ਸੱਜਾ ਹੱਥ ਪੁੱਤਰ। ਮੋਮਨ ਮੁਸਲਮਾਨ ਅੱਲਾ ਦੀ ਬਾਰਗਾਹ ਸਜਦਾ ਕਰਦਾ ਸਵਾਬ ਨਹੀਂ ਹੈ। ਆਏ ਪੇਟ ਦੀ ਖਾਤਰ ਆ ਨਬੀ ਦੀ ਉਮਤ ਅੱਗੇ ਗਰੀਬ ਹੋਣਾ ਤੇਰਾ ਕਦਰ ਉਹ ਕਰਸੀ ਜਿਹਨੂੰ ਪਾਕ ਰਸੂਲ ਨੇ ਦਿੱਤਾ। ਪੁੱਤਰ ਮੱਥਾ ਚਾਲਾ ਆਏ ਲੱਕੜ ਦੇ ਪਾਵੇ ਦੇ ਉੱਤੇ ਖੜਾ ਹੋ ਕੇ ਵਖਾ। ਆਸਰੇ ਕੀ ਦੁਨੀਆ ਤੋ ਬਿਨ ਆਸਰੇ ਕਾ ਖੁਦਾ, ਪਰ ਵਾਲਾ ਉੱਡ ਜਾਂਦਾ ਨਾਜ਼ ਕਰਕੇ ਤੋ ਬੇਪਰ ਕਾ ਵੀ ਖੁਦਾ। ਵੇਹਾ ਧਿਆਨ ਕਰਕੇ ਪੁੱਤਰ ਜਾਣਾ ਹੀ ਐ ਮੰਜ਼ਲ ਦੇ ਉੱਤੇ ਖੜਾ ਹੋ ਕੇ ਵਹਾਉਣਾ ਹੀ। ਅੱਲਾ ਬੇਨਿਆਜ਼ ਦਾ ਆਸਰਾ ਲੈ ਕੇ ਚੱਲ, ਸ਼ਾਬਾਸ਼ ਤੇਰੇ ਕਹਿਣੇ ਮੰਨੇ ਦੇ। ਖੜਾ ਹੋ ਜਾ ਧਿਆਨ ਕਰਕੇ ਪੁੱਤਰ ਜਾਣਾ ਹੀ ਬਾਈ। ਵੇਹਾ ਐ ਲੱਕੜ ਦੇ ਪਾਵੇ ਤੇ ਖੜਾ ਹੋਇਆ ਹੋਰ ਵੀ ਉੱਚਾ ਹੋ ਜਾ। ਉਜੜ ਗਿਆ ਵੋ ਬਾਗ ਥਾ ਜਿਸ ਕੇ ਹਜ਼ਾਰੋਂ ਮਾਲੀ ਥੇ, ਜਬ ਦੁਨੀਆ ਸੇ ਜਾਣੇ ਲੱਗਾ ਸਿਕੰਦਰ ਤੋ ਉਸਕੇ ਵੀ ਦੋਨੇ ਹੱਥ ਖਾਲੀ। ਪੁੱਤਰ 5 ਮਿੰਟ ਵਾਸਤੇ ਸਾਹ ਦੀਆਂ ਨਬਜ਼ਾਂ ਬੰਦ ਕਰਕੇ ਵਹਾਉਣੀਆਂ ਨੀ। ਐ ਪੁੱਤਰ ਹੋਰ ਵੀ ਉੱਚਾ ਹੋ ਕੇ ਵਹਾ। ਆਏ ਲੱਕੜ ਦੇ ਪਾਵੇ ਦੇ ਉੱਤੇ ਵੀ ਖੜਾ ਹੋਣਾ ਹੀ ਪਰਦੇਸੀ ਆ ਬਾਈ। ਅੱਲਾ ਬੇਨਿਆਜ਼ ਦਾ ਆਸਰਾ ਲੈ ਕੇ ਪੁੱਤਰ ਖੜਾ ਹੋ ਜਾ। ਮੇਰੀ ਮੇਰੀ ਖਾਕ ਦੀ ਤੇਰੀ ਲੈ ਰੱਬ ਦਾ ਨਾ ਜਾਣਾ। ਪੁੱਤਰ ਕਿਸੇ ਨੇ ਅੱਜ ਚਲਾ ਜਾਣਾ, ਕਿਸੇ ਨੇ ਕੱਲ ਚਲਾ ਜਾਣਾ। ਚਲੋ ਚਲੀ ਕਾ ਮਕਾਮ ਤਾਂ ਕਿਆਮਤ ਤੋੜੀ ਰਹਿਣਾ। ਐ ਹੋਰ ਵੀ ਉੱਚਾ ਹੋ ਜਾ। ਬੇਹਾ ਧਿਆਨ ਕਰਕੇ ਪੁੱਤਰ ਖੜਾ ਹੋਣਾ ਹੀ। ਆਏ ਬੜੇ ਬੜੇ ਸਰਦਾਰ, ਬੜੇ ਬੜੇ ਮਾਰ ਸਰਦਾਰ ਪਾਕ ਰਸੂਲ ਦੇ ਮੰਨਣ ਵਾਲੇ, ਪੁੱਤਰ ਅੱਲਾ ਵਾਲਾ ਤੇਰੀ ਕਦਰ ਕਰਸੀ, ਐ ਤੇਰਾ ਛੋਟਾ ਪਾਵਾ ਵੀ ਦੇਵਾਂ। ਪੁੱਤਰ ਜਿਹਦੇ ਉੱਤੇ ਤੇਰਾ ਹਿੱਕ ਪੈਰ ਜਾਂਦਾ ਐ ਸਾਹ ਦੀਆਂ ਨਬਜ਼ਾਂ ਬੰਦ ਕਰ। ਐ ਬਾਬਾ ਜੀ 3 ਅੰਗਲ ਦਾ ਪਾਵਾ, ਐ 3 ਅੰਗਲ ਦੇ ਪਾਵੇ ਤੇ ਬੱਕਰੇ ਦਾ ਹਿੱਕ ਪੈਰ ਜਾਵੇ ਤੇ ਪਾਵੇ ਦੇ ਅੱਗੋਂ ਜਾ ਹੀ ਕੋਈ ਨਹੀਂ ਬਚਣੀ। ਐ ਪੁੱਤਰ ਐ ਪਾਵੇ ਦੇ ਉੱਤੇ ਵੀ ਖੜਾ ਹੋਣੀ, ਅਕਲ ਦੇ ਸਿਰ ਤੇ ਪੈਰ ਰੱਖਣੇ ਨੇ। ਸ਼ਾਬਾਸ਼ ਦੇਹਾ ਧਿਆਨ ਕਰਕੇ ਪੁੱਤਰ ਜਾਣਾ, ਅੱਲਾ ਬੇਨਿਆਜ਼ ਦਾ ਆਸਰਾ ਲੈ ਕੇ ਖੜਾ ਹੋਣਾ ਹੀ। ਦੇਹਾ ਧਿਆਨ ਕਰਕੇ ਪੁੱਤਰ, ਤਵੱਜੋ ਕਰਕੇ, ਸ਼ਾਬਾਸ਼ ਤੇਰੇ ਕਹਿਣੇ ਮੰਨੇ ਦੇ ਪੁੱਤਰ। ਹੋਰ ਉੱਚਾ ਕਰਾਂ ਬਾਬੇ, ਅੱਲਾ ਤੁਹਾਡੇ ਜ਼ਿੰਦਗੀ ਹੋਵੇ। ਮੁੰਡੇ ਦੀ ਕਿੱਥੇ ਗਿਆ ਕਾਕਾ ਤੁਹਾਡਾ? ਉਹ ਬੈਠੇ ਦਾ ਨਾਮ ਕਿਆ ਹੈ? ਲਾਬੀ ਅਹਿਮਦ ਦੀ ਖੜੋਲੀ ਚਾਹ ਲਾ ਬਈ ਸ਼ਾਹਰੁਖ ਖਾਨ ਹੋ ਇੱਥੇ ਆਵੇ ਨਾ ਅਹਿਮਦ ਦੀ ਖੜੋਲੀ ਚਾਹ ਤੇ ਅਗਾਂ ਹੋ ਜਾਏ ਰੁਪਈਆ 500 ਤੈਨੂੰ ਮੁਬਾਰਕ ਦਾ ਵਿਦੇਸ਼ ਨੀ। ਆਏ ਬੱਕਰੇ ਨੇ ਤਾਂ ਛਾਲ ਮਾਰਨੀ ਹੈ, ਅੱਜ ਅਹਿਮਦ ਦੀ ਮੁਬਾਰਕ ਮਿਲੇ ਜਿਵੇਂ ਤੁਹਾਡਾ ਅਹਿਮਦ ਸ਼ਾਲਾ 7 ਸੁਹਾਣੀਆਂ ਲਾਵੇ, 26 ਨੌਵਾਂ ਲਾਵੇ, ਗੱਡਾ ਰੋਟੀਆਂ ਦਾ ਖਾਵੇ, ਚਚੂਰਾ ਲੱਸੀ ਦਾ ਪੀਵੇ, ਬੜੇ ਕੁਮਾਰੇ ਬੱਬਰ ਸ਼ੇਰ ਆਲੀ ਉੱਡਦੇ ਹਵਾਈ ਜਹਾਜ ਨੂੰ ਲੱਤ ਮਾਰ ਕੇ ਜਾਵੇ ਤੁਹਾਡਾ ਚੂਹਾ ਥਾਈ ਬਹਿ ਜਾ। ਜੀਵੇ ਬਈ ਅਹਿਮਦ ਦਾ ਪਿਓ, ਜੀਵੇ ਦਾਦੀ, ਜੀਵਨ ਚਾਚੇ ਬਾਬੇ, ਸਾਰੇ ਜੀਵਨ ਖੈਰ ਨਾਲ ਵੀ ਲਗਾਇਆ ਕਰ ਚੁੱਕੇ ਵਾਲਿਆ। ਆਏ ਪਹਿਲਵਾਨ ਹੋ ਕੇ ਵਿਖਾ ਜਰਾ ਦੁੱਧ ਪੀ ਕਰ, ਲਾਹੌਰ ਸ਼ਹਿਰ ਦੀ ਪਹਿਲਵਾਨੀ, ਲਾਹੌਰ ਸ਼ਹਿਰ ਦੇ ਮਾਵੇ ਖਾ ਕੇ ਪਹਿਲਵਾਨ ਹੁੰਦਾ। ਵਾਹ ਛੋਰਾ ਵਾਹ, ਕਰਾਟੇ ਵੀ ਲਾ ਛੋੜ ਬਾਈ ਜ਼ੋਰ ਸੇ। ਐ ਜਰਾ ਸ਼ਾਦੀ ਵਾਲਾ ਸਿਹਰਾ ਪਾ ਲਾ ਤੇ ਤਿਆਰ ਹੋ ਜਾ। ਆਏ ਛੋਰ ਚਲਿਆ ਸਹੁਰਿਆਂ ਤੇ, ਦੂਲਾ ਬਣ ਕਰ ਚਲਿਆ ਬਾਈ, ਨਵੀਂ ਨਵੀਂ ਸ਼ਾਦੀ ਹੋਣੀ ਜਰਾ ਸਹੁਰਿਆਂ ਤੇ ਜਾਣਾ ਬਾਈ, ਦੂਲਾ ਬਣ ਕਰ ਜਾਣਾ ਬਾਈ, ਅੱਛੇ ਵਾਲਾ ਸਿਹਰਾ ਪਹਿਨ ਕਰ, ਅੱਛੇ ਵਾਲਾ ਚਸ਼ਮਾ ਪਹਿਨ ਕਰ, ਦੂਲਾ ਬਣ ਜਾਣਾ। ਠੀਕ ਹੈ ਜਨਾਬ। ਐ ਜਰਾ ਪਹਿਲਵਾਨਾ ਜੈਂਟਲਮੈਨ ਹੋਇਆ ਕਰ ਬਾਈ, ਜਰਾ ਪਰਾ ਮੂੰਹ ਕੀਤਾ ਕਰ ਬਾਈ, ਇੱਥੇ ਪਹਿਲਾਂ ਇਹਦੇ ਮੂੰਹ ਕਰ। ਵੇਹਾ ਪਹਿਲਵਾਨਾ, ਪਹਿਲਵਾਨਾ ਤੜੀਆਂ ਲਾਇਆ ਕਰ ਬਾਈ, ਵੇਹਾ ਜੈਂਟਲਮੈਨ ਬਣਿਆ ਕਰ, ਆ ਕੁਰਸੀ ਤੇ ਬੈਠਾ ਕਰ। ਨਵੀਂ ਨਵੀਂ ਸ਼ਾਦੀ ਹੋਣੀ ਤੇ ਸਹੁਰਿਆਂ ਦੇ ਘਰ ਜਾ ਕੇ ਕੁਰਸੀ ਤੇ ਬਹਿਣਾ, ਤੁਸੀਂ ਹੁਣ ਇਸ ਪਾਸੇ ਆ ਜਾਓ। ਇਹ ਆਏ ਜਰਾ ਛੋਰ ਕੁਰਸੀ ਤੇ ਬਹਿਣਾ,
ਟੌਰ ਬਣਾ ਕੇ ਬਹਿਣਾ, ਸਹੁਰਿਆਂ ਦੇ ਘਰ ਜਾ ਕੇ ਬਹਿਣਾ। ਵੇਹਾ ਐ ਨਵੀਂ ਨਵੀਂ ਸ਼ਾਦੀ ਵਾਲੀ ਟੋਰ ਟੋਰ ਕੇ ਵਹਾ ਬਈ ਪੁੱਤਰਾ, ਮੈਂ ਕਮਲੇ ਕਾਲਾ ਡਾਂਸ।